स्वागत, मैं हरजिंदर सिंह रंधावा, तुसीं देख रहे हो पंजाब टैलीविजन और मेरे नाल ने मनप्रीत रंधावा जी। आया मनप्रीत जी, शुक्रिया रंधावा जी। अजकल पहाड़ दीआं गल्लां बड़ियां चलदियां ने, कहिंदे पहाड़ वाले बयान भी हुण बदलदे ने पंजाब दी सियासत नूं लै के। मैं सोचिया पहाड़ 'च जा के वेहने आ ताइयों तुसीं मजाक करना। मैं पहले ही दसदा वी स्वैट शर्ट पाई हुई है ते टैक्नीकल बड़े फॉल्ट आउणगे क्योंकि स्टूडियो तों बाहर मुश्किलां तां आउंदियां ही आ, लेकिन दो तीन मसले लवांगे मनप्रीत जी। पहला मसला है ही यही है कि हरीश रावत ने 2 दिन के इधर नूं अपना उड़न खटोला लैके आना है ते लड़ाई वाहवा तिखी हुई हुई है, लेकिन दूजे बने अकालिया के अंदर भी संकट खड़ा हो गया। जिहड़ियां सीटां बसपा के खाते चो कढ के अपने च पाईआं सी, बंदे शामिल करी जाओ, गां रथ वधाई जाओ, जिहड़े बसपा वाले 20 तों 16 17 तक जे आ गए, अगलियां सीटां निशानदे ही करके देणगीआं, इत्थे साडे कैंडीडेट है नहीं। दूजे बने अश्विनी शर्मा बीजेपी वाले पग बन के भी गए पर गल नहीं बनी, किसानां घेर ले। उधर किसानां नूं डांग फेरन दे यतन च इक वारी फिर एक्सपोज हो गई खट्टर सरकार, मुश्किल दे विच है सारा कुछ। लेकिन जेकर असी इन्हां सारियां परिस्थितियां दे नाल नाल असी इह जिहड़ा घटनाक्रम आ सारे दा सारा, जिहदे विच नवजोत सिंह सिद्धू और कैप्टन अमरिंदर सिंह दी लड़ाई जिहनूं लै के राहुल गांधी नूं मिलदे आ रावत, ਤੇ ਉਹਨਾਂ ਦੀ ਅਗਲੀ ਜਿਹੜੀ ਸਰਗਰਮੀ ਆ ਉਹਦੇ ਤੇ ਗੱਲ ਕਰੀਏ। ਤੇ ਅੱਜ ਤੁਸੀਂ ਜ਼ਿਆਦਾ ਕਰ ਲਓ, ਮੈਨੂੰ ਚੰਗਾ ਲੱਗੂਗਾ ਕਿਉਂਕਿ ਤੁਸੀਂ ਖਬਰਾਂ ਵਾਹਵਾ ਦੇਖ ਲਈਆਂ ਨੇ ਤੇ ਤੁਹਾਡੇ ਕੋਲ ਅੰਦਰ ਦੀਆਂ ਖਬਰਾਂ ਵੀ ਕਾਫੀ ਨੇ, ਕੀ ਕਹਿੰਦੇ ਹੋ? ਬਿਲਕੁਲ ਠੀਕ ਹੈ ਰੰਧਾਵਾ ਜੀ, ਹਰੀਸ਼ ਰਾਵਤ ਅਗਲੇ ਹਫਤੇ ਉਹਨਾਂ ਦੀ ਸੰਭਾਵਨਾ ਹੈਗੀ ਹੈ ਪੰਜਾਬ 'ਚ। ਔਰ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਾਂਗਰਸ ਦੇ ਵਿੱਚ ਜਿਹੜੀ ਆਪਸੀ ਲੜਾਈ ਆ, ਇਸ ਕਰਕੇ ਵਿਵਾਦ ਲਗਾਤਾਰ ਬਣੇ ਹੋਏ ਆ। ਹਰੀਸ਼ ਰਾਵਤ ਦਾ ਫੇਰ ਪਾਉਣੀ ਔਰ ਇਹਨਾਂ ਦਾ ਜਿਹੜੇ ਲੋਕਲ ਲੀਡਰ ਆ ਨਵਜੋਤ ਸਿੰਘ ਸਿੱਧੂ ਚਾਹੇ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦਾ ਆਪਸ ਦੇ ਵਿੱਚ ਸੁਲਹ ਸਫਾਈ ਨਾ ਹੋਣੀ, ਆਪਸ ਦੇ ਬੈਠ ਕੇ ਲੋਕਾਂ ਨੂੰ ਇੱਕ ਮੈਸੇਜ ਨਾ ਜਾਣਾ ਕਿ ਇਹ ਰਲ ਕੇ ਕੰਮ ਕਰ ਸਕਦੇ ਹੈ। ਲਗਾਤਾਰ ਹਾਈਕਮਾਂਡ ਦੀਆਂ ਤਾਂ ਜਿਹੜੀਆਂ ਸਿਰਦਰਦੀਆਂ ਵਧਾਈਆਂ ਹੋਈਆਂ, ਆਪ ਦੇ ਬਿਆਨ ਵੀ ਕਈ ਵਾਰੀ ਉਹਨਾਂ ਦੇ ਜਿਹੜੇ ਆ ਉਹਨਾਂ ਨੂੰ ਬਦਲਣੇ ਪੈ ਜਾਂਦੇ ਆ। ਕੱਲ ਮੈਂ ਦੇਖ ਰਿਹਾ ਸੀ ਕਈ ਟੀਵੀ ਚੈਨਲਸ ਤੇ ਹਰੀਸ਼ ਰਾਵਤ ਦਾ ਬਿਆਨ ਇਹ ਆ ਰਿਹਾ ਸੀ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਹੁਣ ਮੈਂ ਇਹ ਅਹੁਦਾ ਛੱਡ ਦੇਣਾ, ਉਹ ਪੰਜਾਬ ਦੇ ਹਾਲਾਤ ਸੰਭਾਲਦੇ ਨੇ, ਪੰਜਾਬ ਦੇ ਇੰਚਾਰਜ ਨੇ, ਉਹਨਾਂ ਨੇ ਕਿਹਾ ਕਿ ਇਸ ਤੋਂ ਮੈਂ ਹੁਣ ਅਸਤੀਫਾ ਦੇ ਦੇਣਾ। ਬਾਅਦ ਦੇ ਵਿੱਚ ਉਹਨਾਂ ਦੀ ਰਾਹੁਲ ਗਾਂਧੀ ਜਦੋਂ ਬਾਹਰ ਆਉਂਦੇ ਆ ਕਹਿੰਦੇ ਕਿ ਮੈਂ ਤਾਂ ਮਜ਼ਾਕ ਕੀਤਾ ਸੀ, ਸ਼ੋਭਾ ਨਹੀਂ ਦਿੰਦਾ ਇੰਨੇ ਵੱਡੇ ਲੀਡਰ ਨੂੰ ਇਹ ਗੱਲ ਕਹਿਣੀ ਔਰ ਮੀਡੀਆ ਨੂੰ ਇਹ ਗੱਲ ਕਹਿ ਦੇਣਾ ਕਿ ਮੈਂ ਮਜ਼ਾਕ ਸੀ, ਤੇ ਉਸ ਤੋਂ ਪਹਿਲਾਂ ਪੂਰੀ ਸੰਜੀਦਗੀ ਨਾਲ ਇਹ ਗੱਲ ਕਹਿਣੀ, ਕਿਉਂਕਿ ਆਪਸੀ ਜਿਹੜਾ ਵਿਵਾਦ ਆ ਉਹਨੂੰ ਨਿਪਟਾਉਣ ਦੇ ਵਿੱਚ ਮੈਂ ਨਾਕਾਮਯਾਬ ਰਿਹਾ, ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ ਇਹਦੇ ਵਿੱਚ ਕੋਈ ਸ਼ੱਕ, ਲੇਕਿਨ ਇਸ ਦੇ ਬਾਵਜੂਦ ਜਿਹੜੇ ਧੜੇ ਬਾਜ਼ੀ ਆਪਸ ਦੇ ਵਿੱਚ ਕਾਂਗਰਸ ਦੀ ਉਹ ਲਗਾਤਾਰ ਜਾਰੀ ਆ। ਦੂਸਰੀ ਗੱਲ, ਸਾਨੂੰ ਇਹ ਵੀ ਪਤਾ ਹੈ ਕਿ ਉੱਤਰਾਖੰਡ ਦੇ ਵਿੱਚ ਚੋਣਾਂ ਆ ਰਹੀਆਂ ਪੰਜਾਬ ਦੇ, ਸਾਨੂੰ ਇਹ ਲੱਗਦਾ ਸੀ ਕਿਉਂਕਿ ਇਹ ਗੱਲ ਬਹੁਤ ਦੇਰ ਪਹਿਲਾਂ ਆ ਗਈ ਸੀ ਕਿ ਬਹੁਤ ਦੇਰ ਤੱਕ ਹਰੀਸ਼ ਰਾਵਤ ਇਸ ਅਹੁਦੇ ਤੇ ਰਹਿਣ ਨਹੀਂ ਵਾਲੇ, ਉਹਨਾਂ ਦੀ ਕੀ ਭੂਮਿਕਾ ਹੋਣ ਵਾਲੀ ਹੈ ਉੱਤਰਾਖੰਡ, ਇਸ ਤੇ ਵੀ ਕਿਆਸੇ ਲਾਏ ਜਾ ਰਹੇ ਸੀ। ਔਰ ਸਾਨੂੰ ਇਹ ਵੀ ਪਤਾ ਕਿ ਉੱਤਰਾਖੰਡ ਦੇ ਉਹ ਮੁੱਖ ਮੰਤਰੀ ਰਹੇ ਨੇ ਤੇ ਉਹਨਾਂ ਦੀਆਂ ਸੇਵਾਵਾਂ ਸ਼ਾਇਦ ਉੱਥੇ ਵੀ ਲੋੜੀਂਦੀਆਂ ਹੋਣ। ਖੈਰ, ਇਸ ਕਰਕੇ ਉਹਨਾਂ ਨੂੰ ਇਹ ਕਹਿਣਾ ਪਿਆ ਜਾਂ ਕਿਸੇ ਹੋਰ ਕਾਰਨ ਕਹਿਣਾ ਪਿਆ, ਇਹ ਜਦੋਂ ਪੰਜਾਬ ਆਉਣਗੇ ਤੇ ਹੋ ਸਕਦਾ ਪੰਜਾਬ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣ, ਮੁਲਾਕਾਤਾਂ ਤਾਂ ਉਹ ਸਾਰੇ ਲੀਡਰਸ ਨਾਲ। ਦੂਸਰੀ ਗੱਲ, ਮੈਨੂੰ ਇਹ ਵੀ ਪਤਾ ਲੱਗੀ ਹੈ ਕਿ ਦੋਨੇ ਧਿਰਾਂ ਤੋਂ ਜਿਹੜੀਆਂ ਕੰਸੂਆਂ ਆ ਰਹੀਆਂ ਨੇ ਉਹ ਆ ਰਹੀਆਂ ਕਿ ਕੋਈ ਗੱਲ ਨਹੀਂ ਜੀ, ਇਹ ਚੱਲਦਾ ਰਹਿੰਦਾ ਤੇ ਅਸੀਂ 15-20 ਦਿਨਾਂ 'ਚ ਆਪਣੇ ਮਸਲੇ ਸੁਲਝਾ ਲਾਂਗੇ। ਇੱਕ ਵਾਰੀ ਇਹੋ ਜਿਹੇ ਲੀਡਰਸ ਨੇ ਗੱਲ ਕਹੀ ਹੈ, ਸੁਲਝ ਜਾਣਗੇ ਕਿ ਨਹੀਂ ਸੁਲਝ ਜਾਣਗੇ ਇਹ ਤਾਂ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ, ਲੇਕਿਨ ਇਸ ਟਾਈਮ ਜਿਹੜੀ ਆ ਤਿੱਖੀ ਹੁੰਦੀ ਲੜਾਈ ਆਪਸ ਦੇ ਵਿੱਚ, ਧੜੇਬਾਜ਼ੀ ਆਪਸ ਦੇ ਵਿੱਚ ਉਹ ਵਿਖਾਈ ਦੇ ਰਹੀ ਆ। ਕਾਂਗਰਸ ਦਾ ਇਸ ਕਰਕੇ ਸਾਖ ਆ ਜਿਹੜੀ ਪੰਜਾਬ 'ਚ ਉਹ ਡਿੱਗ ਵੀ ਰਹੀ ਆ, ਬਾਕੀ ਪਾਰਟੀਆਂ ਹੌਲੀ ਹੌਲੀ ਚੜ ਰਹੀਆਂ, ਲੇਕਿਨ ਬਾਕੀ ਪਾਰਟੀਆਂ ਦੇ ਵੀ ਉਸੇ ਤਰ੍ਹਾਂ ਬਰਕਰਾਰ ਨੇ ਜੀ। ਬਿਲਕੁਲ ਮਨਪ੍ਰੀਤ ਜੀ, ਪਹਾੜ ਦੇ ਵਿੱਚ ਥੋੜੀ ਜਿਹੀ ਨੈਟਵਰਕ ਦੀ ਸਮੱਸਿਆ ਹੈ, ਜੇ ਸਾਡੇ ਦੋਸਤਾਂ ਮਿੱਤਰਾਂ ਨੂੰ ਕੋਈ ਸਾਡੀ ਗੱਲ ਕੱਟ ਕੁੱਟ ਕੇ ਸਮਝ ਆਵੇ ਤੇ ਜਮਾ ਜੋੜ ਆਪੇ ਕਰ ਲਿਓ। ਪਰ ਉਂਝ ਵੈਸੇ ਜਿਹੜੀ ਗੱਲ ਮਨੀਸ਼ ਤਿਵਾੜੀ ਕਰਦੇ ਆ ਕਿ ਅਸੀਂ ਕਤਲ ਵੀ ਕਿ ਅਸੀਂ ਆਹ ਵੀ ਭਰਦੇ ਹਾਂ ਤਾਂ ਕੀ, ਉਹ ਮੈਂ ਵੇਖ ਲਿਓ, ਤੁਸੀਂ ਸਾਰੇ ਸੁਣ ਲਿਓ, ਮੈਨੂੰ ਦੱਸਿਓ ਲੜਾਈ ਮੁੱਕਦੀ ਨਹੀਂ। ਤੇ ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਨੇ ਨਾ ਹਰਚਰਨ ਬੈਂਸ ਦਾ ਉਹ ਟਵਿੱਟਰ ਅਨਫੋਲੋ ਕਰਤਾ, ਉਹ ਕਹਿੰਦੇ ਸੀਗੇ ਹੁਣ ਰਲੇ ਹੋਣ ਦਾ ਦੋਸ਼ ਲਾਓ ਕਾ ਜ਼ਰਾ ਆਪਣੀ ਹਾਈਕਮਾਂਡ ਤੇ ਜਿਹੜੀ ਤੁਹਾਡੇ ਹੁਣ ਬਹੁਤਾ ਹੱਕ 'ਚ ਨਹੀਂ ਚੱਲਦੀ। ਖੈਰ, ਹੱਕ 'ਚ ਚੱਲਦੀ ਹੈ ਕਿ ਨਹੀਂ ਚੱਲਦੀ, ਕਿਉਂਕਿ ਮੇਰੇ ਕੋਲ ਇੱਕ ਇਹ ਵੀ ਅੰਕੜਾ ਪਿਛਲੇ ਦਿਨਾਂ ਦੇ ਵਿੱਚ ਸੀਗਾ ਕਿ ਹਾਈਕਮਾਂਡ ਨੇ ਨਵਜੋਤ ਸਿੰਘ ਸਿੱਧੂ ਵਾਲਾ ਅੱਕ ਐਵੇਂ ਨਹੀਂ ਚੱਬਿਆ, ਅੱਕ ਚੱਬਣਾ ਪਿਆ, ਕਿਉਂਕਿ ਜਿਹੜੇ ਜਿੰਨੇ ਵੀ ਇਹਨਾਂ ਨੇ ਸਰਵੇ ਕਰਾਏ, ਜਿੰਨੇ ਵੀ ਲੋਕਾਂ ਦੀ ਰਾਏ ਜਾਣੀ, ਉਹਦੇ 'ਚ ਇਹੋ ਹੀ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਬੇੜੀ ਪਾਰ ਨਹੀਂ ਲੱਗਦੀ, ਨਵਜੋਤ ਸਿੰਘ ਸਿੱਧੂ ਨਾਲ ਲੱਗਦੀ ਹੈ। ਲੇਕਿਨ ਹੁਣ ਜਦੋਂ ਦੋਨਾਂ ਦੀ ਲੜਾਈ ਦੇ ਵਿੱਚ ਬੇੜੀ
ਐਨ ਡੱਕੋ ਡੋਲੇ ਖਾਂਦੀ ਆ ਤੇ ਇਹਨੂੰ ਕੌਣ ਪਾਰ ਲਾਊਗਾ, ਇਹ ਵੀ ਵੱਡਾ ਸਵਾਲ ਆ। ਇਹ ਲੜ ਲੁੜ ਕੇ ਬੇੜੀ ਤੋੜ ਲੈਣਗੇ ਜਾਂ ਛਾਲਾ ਸਮੁੰਦਰ ਚ ਮਾਰ ਕੇ ਸਿਆਸੀ ਖੁਦਕੁਸ਼ੀਆਂ ਕਰਨਗੇ, ਇਹ ਤੇ ਟਿੱਪਣੀ ਕਰਦੇ ਚੱਲਿਓ ਜ਼ਰਾ। ਦੇਖੋ ਇੱਕ ਗੱਲ ਬਹੁਤ ਆ ਇਹਦੇ ਚ, ਮੈਂ ਦੇਖ ਰਿਹਾ ਪ੍ਰਗਟ ਸਿੰਘ ਆ ਜਿਹੜੇ ਬੜੇ ਠਰਮੇ ਵਾਲੇ ਵਿਅਕਤੀਤਵ ਆ ਉਹਨਾਂ ਦਾ, ਉਹਨਾਂ ਦੀ ਪਰਸਨੈਲਿਟੀ ਆ। ਆਮ ਤੌਰ ਤੇ ਕਿਸੇ ਉਤੇਜਨਾ ਦੇ ਵਿੱਚ ਕਿਸੇ ਜੋਸ਼ ਦੇ ਵਿੱਚ ਆ ਕੇ ਉਹ ਕੋਈ ਬਿਆਨਬਾਜ਼ੀ ਨਹੀਂ ਕਰਦੇ। ਇਸ ਤਰ੍ਹਾਂ ਦਾ ਸਵਾਲ ਲਗਭਗ ਉਹਨਾਂ ਦਾ ਜਿਸ ਟਾਈਮ ਉਹਨਾਂ ਦਾ ਹਾਕੀ ਦਾ ਕਰੀਅਰ ਸੀ ਜਾਂ ਕਪਤਾਨ ਰਹੇ ਆ ਉਸ ਟਾਈਮ ਵੀ ਵੇਖਿਆ ਜਾਂਦਾ ਸੀ। ਅੱਜ ਵੀ ਜਦੋਂ ਉਹਨਾਂ ਦਾ ਜਿਹੜਾ ਸੁਭਾਅ ਆ, ਜੇ ਸਿਆਸੀ ਨੇਤਾ ਵਾਲਾ ਦੇਖਿਆ ਜਾਵੇ, ਤੇ ਚਿੱਠੀ ਜ਼ਰੂਰ ਲਿਖ ਦਿੰਦੇ ਆ ਲੇਕਿਨ ਬਹੁਤ ਜ਼ਿਆਦਾ ਬੋਲਦੇ ਨਹੀਂ। ਤੇ ਕੱਲ ਮੈਨੂੰ ਪਤਾ ਲੱਗਾ ਉਹਨਾਂ ਨੇ ਬਹੁਤ ਕੁਆਇਦ ਆਪਣੇ ਲੈਵਲ ਤੇ ਸ਼ੁਰੂ ਕਰਤੀ। ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਉਹ ਤਮਾਮ ਸਿਆਸੀ ਲੀਡਰਾਂ, ਕੋਸ਼ਿਸ਼ ਉਹਨਾਂ ਦੀ ਇਹ ਹੈ ਕਿ ਸਾਡੀ ਕਿਤੇ ਆਪਸੀ ਇਸ ਲੜਾਈ ਦੇ ਵਿੱਚ, ਖਾਸ ਤੌਰ ਤੇ ਜੋ ਚੀਜ਼ਾਂ ਜਾ ਰਹੀਆਂ ਉਹਦੇ ਨਾਲ ਜਿਹੜਾ ਅਕਸ ਆ ਉਹ ਡਿੱਗ ਰਿਹਾ, ਤੇ ਇਹੀ ਉਹਨਾਂ ਆਉਂਦੇ ਨੇ। ਤੇ ਉਹਨਾਂ ਨੇ ਆਪਣੇ ਕਿਸੇ ਲੋਕਾਂ ਦੇ ਨਾਲ ਸ਼ੇਅਰ ਵੀ ਕੀਤਾ, ਵਿਧਾਇਕਾਂ ਦੇ ਨਾਲ ਤੇ ਮੰਤਰੀਆਂ ਨਾਲ ਵੀ, ਅਸੀਂ ਜਲਦੀ ਇਸ ਨੂੰ ਨਿਪਟਾ ਲਵਾਂਗੇ। ਜੇ ਨਹੀਂ ਨਿਪਟਾ ਸਕਦੇ ਤੇ ਰੰਧਾਵਾ ਜੀ ਤੁਹਾਨੂੰ ਵੀ ਪਤਾ ਵੀ ਆਉਣ ਵਾਲਾ ਜਿਹੜਾ ਫਿਊਚਰ ਆ ਫਿਰ ਬਹੁਤ ਡਾਰਕ ਆ ਕਾਂਗਰਸ ਦੇ ਲਈ, ਫਿਰ ਬੜਾ ਹਨੇਰਾ ਹੀ ਹਨੇਰਾ, ਕਿਉਂਕਿ ਫਿਰ ਬਾਕੀ ਪਾਰਟੀਆਂ ਇਸ ਤੇ ਜਿਹੜੀਆਂ ਉਹ ਮੱਲ ਮਾਰਨ ਦੇ ਵਿੱਚ ਉਹ ਤਿਆਰ। ਸੁਖਬੀਰ ਸਿੰਘ ਬਾਦਲ ਹੋਣਾ ਦੀ ਯਾਤਰਾ ਪਹਿਲਾਂ ਨਿਕਲੀ ਹੋਈ ਆ। ਆਮ ਆਦਮੀ ਪਾਰਟੀ ਨੂੰ ਵੀ ਅਸੀਂ ਘੱਟ ਕਰਕੇ ਨਹੀਂ ਗਿਣ ਸਕਦੇ, ਉਹ ਆਪਣੇ ਲੈਵਲ ਤੇ ਲੱਗੇ ਹੋਏ ਆ। ਸੇਵਾ ਸਿੰਘ ਸੇਖਵਾ ਹੋਵੇ ਜਾਂ ਉਦਾਂ ਦੇ ਲੀਡਰ ਆ, ਲਗਾਤਾਰ ਉਹਨਾਂ ਦੇ ਵਿੱਚ ਆ ਰਹੇ ਆ। ਤੇ ਹੋਰ ਵੀ ਬੜੇ ਸਾਰੇ ਇਸ ਤਰ੍ਹਾਂ ਦੇ ਲੀਡਰਸ ਦੀ ਸਾਨੂੰ ਸੂਚਨਾਵਾਂ ਨੇ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਹ ਪਾਰਟੀ ਜੁਆਇਨ ਕਰ ਸਕਦੇ। ਸੋ ਮੇਰਾ ਕਹਿਣ ਦਾ ਮਤਲਬ ਆ ਕਿ ਛੇਤੀ ਤੋਂ ਛੇਤੀ ਇਹਨਾਂ ਨੂੰ ਆਪਣੇ ਮਸਲੇ ਹੱਲ ਕਰਨੇ ਪੈਣਗੇ। ਜੇ 6 ਮਹੀਨੇ ਪਏ ਆ ਤੇ ਫੇਰ ਇਹਨਾਂ ਨੂੰ ਜਿਹੜੇ ਲੋਕਾਂ ਦੀਆਂ ਬਣਦੀਆਂ ਸਮੱਸਿਆਵਾਂ ਨੇ, ਲੋਕਾਂ ਨੇ ਜੋ ਵਾਅਦੇ ਕੀਤੇ ਆ ਉਹਨਾਂ ਤੇ ਖਰਾ ਉਤਰਨਾ ਪਊਗਾ। ਫੇਰ ਜਾ ਕੇ ਕਿਤੇ ਇਹ ਸੋਚ ਸਕਦੇ ਆ ਕਿ ਅਸੀਂ ਰੇਸ 'ਚ ਖੜੇ ਆ, ਅਸੀਂ ਲੜਾਈ 'ਚ ਖੜੇ ਆ, ਅਸੀਂ ਮੈਦਾਨ 'ਚ ਖੜੇ ਆ। ਨਹੀਂ ਫੇਰ ਲੋਕਾਂ ਨੇ ਤਾਂ ਤੈਅ ਕੀਤਾ ਹੀ ਹੋਇਆ ਕਿ ਜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਸਿਰਫ ਆਪਸੀ ਲੜਾਈ ਕਰਕੇ ਸਾਨੂੰ ਦਿਖਾਓਗੇ ਕਿ ਜਿਹੜੇ ਉਹ ਮੁੱਦੇ ਆ ਜਿਹੜੇ ਲੋਕਾਂ ਦੇ ਮੁੱਦੇ ਉਹ ਕਿਤੇ ਬੈਕ ਬਰਨਰ ਤੇ ਚਲੇ ਗਏ ਜਾਣਗੇ, ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ। ਜੀ ਦੇਖੋ ਦੇਖੋ ਓਲੰਪੀਅਨ ਪ੍ਰਗਟ ਸਿੰਘ ਦੀ ਜਿਹੜੀ ਗੱਲ ਆ, ਮੇਰੀ ਉਹਨਾਂ ਨਾਲ ਡਿਟੇਲ ਚ ਗੱਲ ਹੋਈ ਬੀਤੇ ਦਿਨ, ਔਰ ਮੈਨੂੰ ਪਤਾ ਹੈ ਕਿ ਜਦੋਂ ਉਹ ਹਾਕੀ ਖੇਡਦੇ ਸੀਗੇ ਤੇ ਜਿਹੜੀਆਂ ਵਿਰੋਧੀ ਟੀਮਾਂ ਸੀ ਉਹਨਾਂ ਦੇ ਉੱਤੇ 2-3 ਖਿਡਾਰੀ ਚਾੜ ਦਿੰਦੀਆਂ ਹੁੰਦੀਆਂ ਸੀ ਵੀ ਇਹ ਬੰਦਾ ਡ੍ਰਿਬਲਿੰਗ ਕਰਕੇ ਕਿਤੇ ਉਹ ਪੰਜਾਬੀ ਚ ਕਹਿੰਦੇ ਹੁੰਦੇ ਧਰਨੀ ਨਾ ਪਾ ਦੇ। ਤੇ ਅਕਸਰ 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 ਪ੍ਰਗਟ ਸਿੰਘ ਗੋਲ ਕਰਕੁਰ ਜਾਂਦੇ ਸੀ, ਭਾਵੇਂ ਅਖੀਰ ਚ ਕਿਸੇ ਫਾਰਵਰਡ ਖਿਡਾਰੀ ਨੂੰ ਪਾਸ ਦੇ ਕੇ ਕਰਾ ਜਾਣ, ਲੇਕਿਨ ਇਸ ਵਾਰੀ ਉਹ ਭੱਜ ਨੱਠ ਤੇ ਕਰ ਰਹੇ ਆ। ਸੁਣਿਆ ਕੱਲ ਪਟਿਆਲੇ ਵੱਲ ਨੂੰ ਗੱਡੀ ਮੋੜੀ ਹੋਈ ਸੀ ਫਿਰ ਚੰਡੀਗੜ੍ਹ ਵੱਲ ਨੂੰ, ਲੇਕਿਨ ਸਵਾਲ ਇਹ ਆ ਕਿ ਜਦੋਂ ਇੱਕ ਧਿਰ ਦਾ ਹੱਥ ਉੱਤੇ ਹੋਵੇ ਉਹ ਸਮਝੌਤੇ ਲਈ ਥੋੜੀ ਕਿਤੇ ਮੰਨਦੀ ਨਹੀਂ। ਪਹਿਲੀ ਵਾਰੀ ਸਿੱਧੂ ਦਾ ਹੱਥ ਉੱਤੇ ਸੀ ਤੇ ਕੈਪਟਨ ਅਮਰਿੰਦਰ ਸਿੰਘ ਚੁੱਪ ਕਰਕੇ ਸਿਸਮਾਂ 'ਚ ਬੈਠੇ ਰਹੇ, ਉਡੀਕਦੇ ਰਹੇ ਕਦੋਂ ਗਲਤੀ ਕਰਨ ਤੇ ਮੈਂ ਭਾਰੀ ਹੋਵਾਂ। ਤੇ ਹੁਣ ਮੈਨੂੰ ਲੱਗਦਾ ਕਿ ਸਿੱਧੂ ਨੂੰ ਵੀ ਉਡੀਕਣਾ ਪਊਗਾ ਕਿ ਕਦੋਂ ਇੱਧਰਲੇ ਗਲਤੀ ਕਰਨ ਤੇ ਮੈਂ ਭਾਰੀ ਹੋਵਾਂ। ਲੇਕਿਨ ਕੁੱਲ ਮਿਲਾ ਕੇ ਪ੍ਰਗਟ ਸਿੰਘ ਦੀ ਇੱਛਾ ਇਹ ਹੈਗੀ ਆ। ਮੈਂ ਇੱਕ ਵਾਰੀ ਤੁਹਾਨੂੰ ਫਿਰ ਯਾਦ ਕਰਾ ਦਿਆਂ ਕਿ ਪ੍ਰਗਟ ਸਿੰਘ ਨੂੰ 1 ਤੋਂ ਵੱਧ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਸੰਪਰਕ ਕੀਤਾ ਸੀ, ਉਹਨਾਂ ਨਾਲ ਬਹੁਤ ਪੱਧਰ ਤੇ ਗੱਲਬਾਤ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪ੍ਰਗਟ ਸਿੰਘ ਹੀ ਚਿਹਰਾ ਬਣਾ ਲਈਏ, ਚਲੋ ਇਹ ਲੜਾਈ ਦੇ ਵਿੱਚੋਂ ਸ਼ਾਇਦ ਪ੍ਰਗਟ ਸਿੰਘ ਸਾਡੇ ਨਾਲ ਆ ਜਾਣ। ਲੇਕਿਨ ਕਿਉਂਕਿ ਆਮ ਆਦਮੀ ਪਾਰਟੀ ਸਪਸ਼ਟ ਨਹੀਂ ਕਰਦੀ ਕਿਸੇ ਨੂੰ ਜ਼ਿੰਮੇਵਾਰੀ ਦੇਣ ਲੱਗਿਆਂ, ਤੇ ਪ੍ਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਦੇ ਵਿੱਚ ਆਪਣਾ ਕੰਮਕਾਜ ਪ੍ਰੋਪਰ ਸਾਂਭ ਲਿਆ ਸੀ, ਹੁਣ ਉਹ ਕੰਮਕਾਜ ਵੀ ਉਹ ਕਿੱਦਾਂ ਦਾ ਅੱਗੇ ਵਧਾਉਂਦੇ ਆ, ਕਿਉਂਕਿ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਉਹ ਬੜੀ ਅਹਿਮ ਸੀ। ਹੁਣ ਇਹਨਾਂ ਦਿਨਾਂ 'ਚ ਜਦੋਂ ਲੜਾਈ ਪੀਕ ਤੇ ਆ ਤੇ ਇੱਕ ਤੁਹਾਡਾ ਭਾਰੀ ਹੁੰਦਾ ਦਿਸਦਾ ਹੈ, ਉਹਦੇ ਵਿੱਚ ਜਿਹੜੀ ਇਹ ਕਵਾਇਦ ਆ ਉਹ ਕਵਾਇਦ ਬੜੀ ਸੰਤੁਲਨ ਨਾਲ ਚਲਾਉਣੀ ਪੈਣੀ ਆ। ਤੇ ਮੈਨੂੰ ਜੇ ਤੋਂ ਥੋੜਾ ਜਿਹਾ ਅੱਗੇ ਆਉਣਾ ਹੋਵੇ ਤੇ ਅਕਾਲੀ ਵਾਲੇ ਵੀ ਸੌਖੇ ਨਹੀਂ ਹੈਗੇ, ਭਾਵੇਂ ਉਹਨਾਂ ਨੇ ਜਗਵੀਰ ਬਰਾੜ ਨੂੰ ਇਹਦੇ ਦੁਆਲੇ ਘੇਰਾ ਪਾਉਣ ਲਈ ਭੇਜਤਾ ਉੱਥੇ ਤੇ ਹੋਰ ਵੀ ਬੰਦੇ ਲਾਏ, ਲੇਕਿਨ ਜਿਹੜਾ ਅਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਲਿਆਂਦਾ ਔਰ ਸੁਜਾਨਪੁਰ ਵਾਲੀ ਟਿਕਟ ਦੀ ਅਨਾਉਂਸਮੈਂਟ ਕਰਤੀ, ਉਹ ਦੋਨੇ ਟਿਕਟਾਂ ਬਸਪਾ ਦੇ ਖਾਤੇ 'ਚ ਸੀ। ਹੁਣ ਰੌਲਾ ਰੱਪਾ ਇਹ ਪਈ ਜਾਂਦਾ ਹੈ ਕਿ ਅਕਾਲੀ ਦਲ ਨੂੰ ਜਿੱਥੋਂ ਵਾਰਾ ਖਾਂਦਾ ਉਹ ਅਨਾਉਂਸਮੈਂਟ ਕਰ ਦਿੰਦੇ ਆ, ਲੇਕਿਨ ਬਸਪਾ ਦੀਆਂ ਸੀਟਾਂ ਦਾ ਕੀ ਬਣਿਆ? ਕਹਿੰਦੇ ਸੀ ਜੀ ਇਹ ਤਾਂ ਆਪਾਂ ਇੱਕ ਹੁਣ ਛੇੜਨੀਆਂ ਹੀ ਨਹੀਂ, ਜਿਹਨੂੰ 20 ਦੇਤੀਆਂ। ਕੱਲ ਨੂੰ ਜੇ ਚੰਦੂ ਮਾਜਰਾ ਸਾਹਿਬ ਭਾਰੀ ਪੈ ਗਏ ਤੇ ਇਹਨਾਂ ਵੀ ਮੁਹਾਲੀ ਵਾਲੀ ਸੀਟ ਵੀ ਕਹਿਣ ਹੁਣ ਦੇ ਦਿਓ, ਸੋ ਉਹ ਰੱਫੜ ਵੀ ਕਿੱਦਾਂ ਨਿਪਟੂਗਾ? ਜਾਂ ਅਖੀਰ ਤੱਕ ਜਾਂਦਿਆਂ ਕੀ ਕਹਿੰਦੇ ਹੁੰਦੇ ਆ ਕਿ ਹਨੀਮੂਨ ਮੰਨੋ ਨਹੀਂ ਵਿਆਹ ਵੀ ਟੁੱਟ ਜੂ, ਕੀ ਕਹਿੰਦੇ? ਬਹੁਤ ਦੇਖੋ ਵਾਜਬ ਗੱਲ ਆ, ਇਹਨਾਂ ਤੇ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਤੇ ਕੋਈ ਫੋਕਸ ਮੀਡੀਆ ਦਾ ਆ ਨਹੀਂ ਸੀ ਰਿਹਾ, ਲੇਕਿਨ ਹੁਣ ਮੀਡੀਆ ਨੇ ਇਹਨਾਂ ਤੇ ਵੀ ਫੋਕਸ ਕਰਨਾ ਸ਼ੁਰੂ ਕਰਤਾ, ਕਿਉਂਕਿ ਚੁੱਪ ਚੁਪੀਤੇ 18 ਤਰੀਕ ਤੋਂ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਆ। ਤੇ ਇਹੀ ਸੀ ਕਿ ਇਹ ਯਾਤਰਾ ਕਰ ਰਹੇ ਨੇ, ਵੱਖਰੇ ਵੱਖਰੇ ਇਲਾਕਿਆਂ 'ਚ ਜਾ ਰਹੇ ਨੇ। ਜੀਰੇ ਤੋਂ ਉਹਨਾਂ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਤੇ ਉੱਥੇ ਕਿਤੇ ਨਾ ਕਿਤੇ ਵਿਰੋਧ ਵੀ ਹੋ ਰਹੇ ਸੀ, ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਸੀ।
ਤੁਹਾਡੀ ਗੱਲ ਤੇ ਮੈਂ ਵਾਪਸ ਆਉਣਾ ਰੰਧਾਵਾ ਜੀ, ਜਿਹੜੀ ਤੁਸੀਂ ਗੱਲ ਕਹੀ ਆ ਅੰਮ੍ਰਿਤਸਰ ਨੌਰਥ ਦੀ ਸੀਟ ਜਿਹੜੀ ਪਹਿਲਾਂ ਹੀ ਬਸਪਾ ਨੂੰ ਜਾ ਚੁੱਕੀ ਸੀ ਬਹੁਜਨ ਸਮਾਜ ਪਾਰਟੀ ਨੂੰ, ਉਹ ਹੋਈ। ਤੇ ਇਸੇ ਤਰ੍ਹਾਂ ਸੁਜਾਨਪੁਰ ਦੀ ਸੀਟ ਜਿੱਥੋਂ ਦਿਨੇਸ਼ ਸਿੰਘ ਜਿਹੜੇ ਆਲਰੇਡੀ ਬੀਜੇਪੀ ਦੇ ਐਮਐਲਏ ਨੇ, ਉਹ ਸੀਟ ਇਹ ਰਾਜਕੁਮਾਰ ਗੁਪਤਾ ਜਿਹੜੇ ਹੁਣੇ ਹੁਣੇ ਦੁਬਾਰਾ ਫਿਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ, ਉਹਨਾਂ ਨੂੰ ਅਨਾਉਂਸ ਕਰਤੀ ਹੈ, ਐਲਾਨ ਦਿੱਤੀ ਗਈ ਆ। ਦੇਖੋ ਇਹਦੇ ਨਾਲ ਕੀ ਹੋਈਆਂ, ਦੋ ਤਿੰਨ ਗੱਲਾਂ ਇਹ ਚ ਆ ਰਹੀਆਂ, ਕਿਉਂਕਿ ਅਨਿਲ ਜੋਸ਼ੀ ਹੋਣਾ ਦਾ ਕਹਿਣਾ ਕਿ ਮੇਰੇ ਨਾਲ ਬੀਜੇਪੀ ਦੇ ਹੋਰ ਬਹੁਤ ਸਾਰੇ ਲੀਡਰਸ ਨੇ, ਮੇਰੇ ਨਾਲ ਇਨ ਟੱਚ ਨੇ, ਮੇਰੇ ਸੰਪਰਕ ਦੇ ਵਿੱਚ ਨੇ, ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਲੈਣ। ਠੀਕ ਹੈ, ਉਹ ਤਾਂ ਜੁਆਇਨ ਕਰ ਲੈਣਗੇ, ਲੇਕਿਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਸੀਟਾਂ ਕਿੱਥੋਂ ਦਊਗਾ, ਕਿਉਂਕਿ ਬਹੁਜਨ ਸਮਾਜ ਪਾਰਟੀ ਆ ਜਿਹੜੀ, ਉਹਨਾਂ ਨੂੰ ਵੀ ਲੱਗਦਾ ਕਿ ਰੋਜ਼ ਸਾਡੇ ਤੋਂ ਸੀਟਾਂ ਪਹਿਲਾਂ ਤਾਂ ਐਲਾਨ ਕਰ ਦਿੰਦੇ ਨੇ ਤੇ ਫਿਰ ਸਾਡੇ ਤੋਂ ਸੀਟਾਂ ਖੋ ਕੇ ਕਹਿ ਦਿੰਦੇ ਕਿਸੇ ਹੋਰ ਨੂੰ ਦੇ ਦਿੰਦੇ ਨੇ। ਇਹ ਕੋਈ ਵਧੀਆ ਜਿਹੜੀ ਚੀਜ਼ ਆ ਉਹ ਜਾਣੀ ਨਹੀਂ, ਇਹ ਵਧੀਆ ਮੈਸੇਜ ਜਿਹੜਾ ਉਹ ਪਾਰਟੀ ਦੇ ਵਿੱਚ ਨਹੀਂ ਜਾਂਦਾ। ਹੁਣ ਤੁਸੀਂ ਦੇਖੋ ਅੱਜ 29 ਤਰੀਕ ਆ, 29 ਅਗਸਤ ਆ, ਅੱਜ ਫਗਵਾੜੇ ਦੇ ਵਿੱਚ ਬੜੀ ਭਾਰੀ ਰੈਲੀ ਰੱਖੀ ਗਈ ਆ। ਫਗਵਾੜੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਜੁਆਇੰਟ ਆ ਰੈਲੀ ਆ। ਜਿਹੜੇ ਜਸਵੀਰ ਸਿੰਘ ਗੜੀ ਆ ਬਸਪਾ ਦੇ ਲੀਡਰ ਨੇ, ਉਹਨਾਂ ਨੇ ਇੱਕ ਗੱਲ ਕਹੀ ਆ ਕਿ ਹਜੇ ਤੱਕ ਅਸੀਂ ਚੁੱਪ ਆ, ਚੁੱਪ ਰਵਾਂਗੇ, ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰ ਰਹੇ, ਲੇਕਿਨ ਇਹ ਸਾਨੂੰ ਸਭ ਤੋਂ ਸਾਡੀ ਪਹਿਲ ਆ ਕਿ ਜਿਹੜੀ ਸਾਡੀ ਰੈਲੀ ਆ ਉਸ ਨੂੰ ਅਸੀਂ ਕਾਮਯਾਬ ਕਰ ਲਈਏ, ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਔਰ ਤੁਸੀਂ ਦੇਖੋ ਇੱਕ ਪਾਸੇ ਇਹਨੇ ਕਹਿ ਚੁੱਕੇ ਆ ਸ਼੍ਰੋਮਣੀ ਅਕਾਲੀ ਦਲ ਕਿ ਸਾਡਾ ਜਿਹੜਾ ਡਿਪਟੀ ਮੁੱਖ ਮੰਤਰੀ ਹੋਊਗਾ ਇੱਕ ਤਾਂ ਹਿੰਦੂ ਹੋਊਗਾ ਤੇ ਦੂਸਰਾ ਦਲਿਤ ਭਾਈਚਾਰੇ ਤੋਂ ਹੋਊਗਾ। ਹੁਣ ਜਦੋਂ ਦਲਿਤ ਭਾਈਚਾਰੇ ਤੋਂ ਹੋਊਗਾ ਤੇ ਹੁਣ ਜਦੋਂ ਅਨਿਲ ਜੋਸ਼ੀ ਵਰਗੇ ਕੱਦਵਾਰ ਨੇਤਾ ਆ ਜਾਂਦੇ ਨੇ, ਤੇ ਹਜੇ ਤੱਕ ਸ਼੍ਰੋਮਣੀ ਅਕਾਲੀ ਦਲ ਕੋਲੇ ਸਿਰਫ ਐਨਕੇ ਸ਼ਰਮਾ ਵਜੋਂ ਇੱਕ ਹਿੰਦੂ ਲੀਡਰ ਸੀ ਜਿਹੜੇ ਥੋੜੇ ਜਿਹੇ ਕੱਦਵਾਰ ਮੰਨੇ ਜਾਂਦੇ ਸੀ, ਸੁਖਬੀਰ ਸਿੰਘ ਬਾਦਲ ਹੋਣਾ ਦੇ ਨੇੜੇ ਵੀ ਮੰਨੇ ਜਾਂਦੇ ਸੀ। ਹੁਣ ਉਹਨਾਂ ਦੀਆਂ ਦਾਅਵੇਦਾਰੀਆਂ ਜਾਂ ਉਹਨਾਂ ਦੀਆਂ ਉਮੀਦਾਂ ਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਪਾਣੀ ਫਿਰ ਸਕਦਾ ਜਦੋਂ ਹੋਰ ਕੱਦਵਾਰ ਨੇਤਾ, ਹਿੰਦੂ ਨੇਤਾ ਜਿਹਨਾਂ ਨੂੰ ਅਨਿਲ ਜੋਸ਼ੀ ਕਹਿ ਰਹੇ ਨੇ ਉਹ ਆਪ ਤਾਂ ਆ ਜਾਂਦੇ ਨੇ, ਹੋਰ ਆਉਣਗੇ, ਤਾਂ ਇੱਕ ਪਾਸੇ ਤਾਂ ਇਹ ਲੜਾਈ ਲੜਨੀ ਪਊਗੀ, ਦੂਸਰੇ ਪਾਸੇ ਬਸਪਾ ਨਾਲ ਲੜਾਈ ਲੜਨੀ ਪਊਗੀ, ਤੇ ਤੀਸਰੇ ਪਾਸੇ ਰੰਧਾਵਾ ਜੀ ਆਪਾਂ ਇੱਕ ਹੋਰ ਸੀਟ ਦੀ ਗੱਲ ਕਰ ਲਈਏ, ਮੌੜ ਦੀ ਸੀਟ। ਮੌੜ ਦੀ ਸੀਟ ਹੈ ਜਿਹੜੀ ਉਹ ਵੀ ਸਿਰਦਰਦੀ ਬਣੀ ਹੋਈ ਹੈ ਅਕਾਲੀ ਦਲ ਲਈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿਸੇ ਟਾਈਮ ਜਨਮੇਜਾ ਸਿੰਘ ਸੇਖੋਂ ਨੇ ਸੀਟ ਲੜੀ ਸੀ ਤੇ ਖੈਰ ਉਹ ਆਪਣਾ ਜਿਹੜਾ ਬੇਸ ਆ ਉਹ ਜੀਰੇ ਸ਼ਿਫਟ ਕਰ ਚੁੱਕੇ ਆ। ਲੜਾਈ ਹੁਣ ਆ ਗਈ ਆ ਜਗਮੀਤ ਸਿੰਘ ਬਰਾੜ ਜਿਹੜੇ ਕਾਂਗਰਸ ਦੇ ਕਿਸੇ ਟਾਈਮ ਕੱਦਵਾਰ ਨੇਤਾ ਸੀ, ਤੇ 2019 ਦੇ ਵਿੱਚ ਅਪ੍ਰੈਲ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਗਏ। ਉਹਨਾਂ ਨੇ ਆਪਣੀ ਆਲਰੇਡੀ ਕੈਂਪੇਨ ਮੌੜ ਤੋਂ ਸ਼ੁਰੂ ਕਰਤੀ ਆ। ਉਹਨਾਂ ਨੂੰ ਕੌਣ ਸਪੋਰਟ ਕਰ ਰਹੇ ਆ? ਹਰਸਿਮਰਤ ਕੌਰ ਬਾਦਲ ਸਪੋਰਟ ਕਰ ਰਹੇ ਆ। ਅੱਛਾ, ਹੁਣ ਉਸੇ ਸੀਟ ਤੋਂ ਇੱਕ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਸਿਕੰਦਰ ਸਿੰਘ ਮਲੂਕਾ। ਸਿਕੰਦਰ ਸਿੰਘ ਮਲੂਕਾ ਰੰਧਾਵਾ ਜੀ ਆਪਾਂ ਨੂੰ ਪਤਾ ਰਾਮਪੁਰਾ ਫੂਲ ਤੋਂ ਚੋਣ ਲੜਦੇ ਹੁੰਦੇ ਸੀ, ਲੇਕਿਨ ਰਾਮਪੁਰਾ ਫੂਲ ਵਾਲੀ ਸੀਟ ਉਹ ਕਹਿੰਦੇ ਆ ਮੈਂ ਆਪਣੇ ਮੁੰਡੇ ਨੂੰ ਗੁਰਪ੍ਰੀਤ ਸਿੰਘ ਮਲੂਕਾ ਨੂੰ ਦੇਣੀ ਆ ਤੇ ਮੈਂ ਆਪ ਮੌੜ ਤੋਂ ਲੜਨਾ। ਪਿਛਲੇ ਦਿਨ ਜਿਹਦੇ ਦਿਨ ਰੱਖੜੀ ਵਾਲਾ ਦਿਨ ਸੀ, ਬੜੀ ਭਾਰੀ ਉਹਨਾਂ ਨੇ ਸਭਾ ਵੀ ਕੀਤੀ ਸੀ ਤੇ ਉੱਥੇ ਲੋਕਾਂ ਵੱਲੋਂ ਬੜਾ ਆਇਆ ਕਿ ਤੁਸੀਂ ਇਹ ਅਨਾਊਂਸ ਕਰ ਦਿਓ। ਇੱਕ ਚੀਜ਼ ਮੈਂ ਹੋਰ ਦੱਸਦਾ, ਹਰਸਿਮਰਤ ਕੌਰ ਬਾਦਲ ਜੋ ਪਤਾ ਇਹ ਲੱਗਾ ਕਿ ਉਹ ਜਗਮੀਤ ਸਿੰਘ ਬਰਾੜ ਨੂੰ ਹੀ ਚਾਹੁੰਦੇ ਆ ਕਿ ਉਹ ਮੌੜ ਤੋਂ ਲੜਨ, ਕਿਉਂਕਿ ਉਹਦੇ ਨਾਲ ਉਹਨਾਂ ਨੂੰ ਪਤਾ 3-4 ਹੋਰ ਜਿਹੜੇ ਹਲਕੇ ਆ ਉੱਥੋਂ ਵੀ ਉਹਨਾਂ ਤੋਂ ਕੈਂਪੇਨ ਕਰਵਾਈ ਜਾ ਸਕਦੀ ਹੈ, ਜਿਵੇਂ ਕਿ ਬਠਿੰਡਾ ਰੂਰਲ ਹੋ ਗਿਆ, ਇਸੇ ਤਰ੍ਹਾਂ ਮਾਨਸਾ ਹੋ ਗਿਆ, ਬੁਢਲਾਡਾ ਹੋ ਗਿਆ, ਤਲਵੰਡੀ ਸਾਬੋ ਹੋ ਗਿਆ, ਇਹਨਾਂ ਸਾਰੇ ਹਲਕਿਆਂ ਤੋਂ ਵੀ ਉਹਨਾਂ ਤੋਂ ਕੈਂਪੇਨ ਕਰਵਾਈ ਜਾ ਸਕਦੀ ਆ। ਸੋ ਇੱਕ ਤਾਂ ਇਹ ਹੈ। ਦੂਸਰਾ ਇੱਕ ਚੀਜ਼, ਇੱਕ ਸੀਟ ਮੈਂ ਤੁਹਾਨੂੰ ਹੋਰ ਦੱਸਦਾ, ਉਹ ਹੈਗੀ ਹੈ ਬਠਿੰਡਾ ਅਰਬਨ। ਬਠਿੰਡਾ ਅਰਬਨ ਤੋਂ ਆਲਰੇਡੀ ਹਰਸਿਮਰਤ ਕੌਰ ਬਾਦਲ ਜਿਹੜੇ ਆ ਉਹ ਸਰੂਪ ਚੰਦ ਸਿੰਗਲਾ ਨੂੰ ਐਲਾਨ ਕਰ ਚੁੱਕੇ ਆ ਉਹਨਾਂ ਦਾ, ਲੇਕਿਨ ਉੱਥੇ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਲੀਡਰ ਸੀ ਮਨੀਸ਼ ਗੁਪਤਾ, ਮਨੀਸ਼ ਗੁਪਤਾ ਆਏ ਸੀ ਇੱਧਰ ਤੇ ਉਹਨਾਂ ਦੀ ਵੀ ਚਾਹ ਬਣਨਾ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਕਰੀਅਰ ਆ ਉਹ ਬਠਿੰਡਾ ਅਰਬਨ ਸੀਟ ਤੋਂ ਬਣਾਇਆ। ਸੋ ਇਹ ਸਾਰੀਆਂ ਸੀਟਾਂ ਤੁਸੀਂ ਦੇਖੋ, ਇੱਕ ਪਾਸੇ ਤਾਂ ਇਹ ਆ ਹਿੰਦੂ ਲੀਡਰਸ਼ਿਪ ਆ ਰਹੀ ਆ ਬਾਹਰੋਂ ਲੈ ਕੇ ਆਉਣੇ ਆ ਇਹ ਕਿਹਾ ਜਾ ਰਿਹਾ ਕਿ ਬਹੁਤ, ਤੇ ਦੂਸਰੇ ਪਾਸੇ ਬਸਪਾ ਨਾਲ ਬਹੁਜਨ ਸਮਾਜ ਪਾਰਟੀ ਦੇ ਨਾਲ ਵੀ ਜਿਹੜਾ ਆਪਣਾ ਬੈਲੈਂਸ ਬਰਕਰਾਰ ਰੱਖਣਾ, ਕਿਉਂਕਿ 20 ਸੀਟਾਂ ਉਹਨਾਂ ਨੂੰ ਦਿੱਤੀਆਂ, ਉਹਨਾਂ ਦੇ ਨਾਲ ਗਠਬੰਧਨ ਕੀਤਾ, ਕਿਤੇ ਇਹ ਨਾ ਹੋ ਜਾਏ ਚੋਣਾਂ ਤੋਂ ਪਹਿਲਾਂ ਜਿਹੜੀ ਬਹੁਜਨ ਸਮਾਜ ਪਾਰਟੀ ਦੇ ਨੇਤਾ ਸਾਰੇ ਉਹ ਨਾਰਾਜ਼ ਹੋ ਜਾਣ। ਵੈਸੇ ਇੱਕ ਤੁਹਾਨੂੰ ਮੈਂ ਇਹਦੇ ਚ ਗੱਲ ਹੋਰ ਵੀ ਜੋੜਦਾ, ਪਹਿਲਾਂ ਜਦੋਂ ਸੁਰਾਂ ਆਈਆਂ ਸੀਗੀਆਂ ਬਹੁਜਨ ਸਮਾਜ ਪਾਰਟੀ ਤੋਂ, ਦੁਆਬਾ ਤੋਂ ਆਈਆਂ ਸੀਗੀਆਂ, ਤੇ ਦੁਆਬਾ ਦੇ ਕਈ ਜਿਹੜੇ ਸਿਆਸੀ ਨੇਤਾ ਸੀ ਬਹੁਜਨ ਸਮਾਜ ਪਾਰਟੀ ਦੇ, ਉਹਨਾਂ ਦੇ ਖਿਲਾਫ ਅਨੁਸ਼ਾਸਨਿਕ ਕਾਰਵਾਈ ਕਰ ਦਿੱਤੀ ਗਈ ਆ। ਸੋ ਉਹ ਨੀ ਚਾਹੁੰਦੇ ਕਿ ਦੁਬਾਰਾ ਇਸ ਤਰ੍ਹਾਂ ਦੀ ਅਨੁਸ਼ਾਸਨਿਕ ਕਾਰਵਾਈ ਹੋਈ। ਕਿਤੇ ਨਾ ਕਿਤੇ ਜਿਹੜੀ ਇਸ ਤਰ੍ਹਾਂ ਦੀਆਂ ਸੁਰਾਂ ਡਿਸਸੈਟਿਸਫੈਕਸ਼ਨ ਦੀਆਂ, ਬੇਭਰੋਸਗੀ ਦੀਆਂ, ਉਹ ਵੀ ਪੈਦਾ ਹੋ ਰਹੀਆਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੜੀ ਟੇਢੀ ਖੀਰ ਹੋਏਗੀ, ਇਹ ਬੜਾ ਮਸਲਾ ਇੰਨਾ ਸੌਖਾ ਨਹੀਂ ਜਿੰਨਾ ਦੇਖਣ ਨੂੰ ਲੱਗਦਾ। ਸੋ ਇਹ ਚੀਜ਼ਾਂ
ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਪਰੇਸ਼ਾਨ ਕਰ ਸਕਦੀਆਂ। ਇੱਕ ਪਾਸੇ ਜਿਹੜੀ 100 ਦਿਨ ਦੀ ਯਾਤਰਾ ਕੱਢੀ ਆ ਉਹ ਇਸ ਕਰਕੇ ਕੱਢੀ ਆ ਕਿ ਚਲੋ ਸੁਖਬੀਰ ਸਿੰਘ ਬਾਦਲ ਦਾ ਅਕਸ ਉਭਾਰਿਆ ਜਾਵੇ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹਜੇ ਤੱਕ ਹਾਸ਼ੀਏ ਤੇ ਖੜਾ ਸੀ ਉਹ ਦੁਬਾਰਾ ਲੜਾਈ ਦੇ ਮੈਦਾਨ ਦੇ ਵਿੱਚ ਆਪਣੇ ਪੈਰ ਜਮਾ ਸਕੇ, ਲੇਕਿਨ ਇਹ ਮੁਸ਼ਕਲਾਂ ਨੂੰ ਆਪਾਂ ਨਕਾਰ ਨਹੀਂ ਸਕਦੇ ਜੀ। ਬਿਲਕੁਲ ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਹਰੀ ਸਿੰਘ ਜੀਰਾ ਫੌਤ ਹੋ ਗਏ ਤੇ ਉਸ ਤੋਂ ਜਲਦੀ ਬਾਅਦ ਜਨਮੇਜਾ ਸਿੰਘ ਸੇਖੋਂ ਨੇ ਜੀਰਾ ਦੇ ਵਿੱਚ ਆਪਣੇ ਆਪ ਨੂੰ, ਖਾਸ ਤੌਰ ਤੇ ਉਹ ਸੁਖਬੀਰ ਸਿੰਘ ਬਾਦਲ ਨੇ ਅਨਾਊਂਸਮੈਂਟ ਕਰਤੀ ਸੀਗੀ, ਲੇਕਿਨ ਨਾਲ ਦੀ ਨਾਲ ਮੌੜ ਦੇ ਵਿੱਚ ਉਹਨਾਂ ਨੇ ਜਿਹੜਾ ਮੌੜ ਹਲਕਾ ਇਹਨਾਂ ਕੋਲ ਸੀ ਸੇਖੋਂ ਕੋਲ, ਉੱਥੇ ਹਲਕਾ ਇੰਚਾਰਜ ਲਾਤਾ ਸੀ ਮਲੋਕਾ ਸਾਹਿਬ ਨੂੰ ਫਾਰ ਦਾ ਟਾਈਮ ਬੀਂਗ। ਤੇ ਹੁਣ ਜਦੋਂ ਉੱਥੇ ਜਗਮੀਤ ਬਰਾੜ ਨੇ ਸਰਗਰਮੀ ਵਿੱਢਤੀ ਆ, ਮੀਟਿੰਗ ਸ਼ੁਰੂ ਕਰਤੀਆਂ ਤੇ ਲੜਾਈ ਅੰਦਰ ਖਾਤੇ ਪੈ ਗਈ ਕਿ ਮੈਂ ਤਾਂ ਪੁਰਾਣਾ ਵਫ਼ਾਦਾਰ ਹਾਂ ਜੀ ਬਾਦਲ ਕਿਆਂ ਦਾ, ਮਲੂਕਾ ਸਾਹਿਬ ਕਹਿੰਦੇ ਆ, ਔਖੀ ਸੌਖੀ ਵੇਲੇ ਨਾਲ ਖਲੋਂਦਾ ਰਿਹਾ, ਇਹ ਤਾਂ ਇਹਨਾਂ ਦਾ ਕੀ ਪਤਾ ਕਦੋਂ ਆਏ ਕਦੋਂ ਚਲੇ ਜਾਣ, ਅੰਦਰੇ ਗੱਲਾਂ ਹੁੰਦੀਆਂ। ਲੇਕਿਨ ਦੂਜੇ ਪੰਨੇ ਜਦੋਂ ਹਿੰਦੂ ਚਿਹਰਿਆਂ ਦੀ ਗੱਲ ਆਉਂਦੀ ਹੈ ਤਾਂ ਵਾਕਈ ਸਰੂਪ ਚੰਦ ਸਿੰਗਲਾ ਨੂੰ ਬਹੁਤ ਦੇਰ ਤੋਂ ਹਰਸਿਮਰਤ ਕੌਰ ਬਾਦਲ ਦਾ ਥਾਪੜਾ ਹੈ। ਇਹ ਲੜਾਈਆਂ ਅੱਗੇ ਵਧਣਗੀਆਂ, ਇਹ ਮਾਝੇ ਦੇ ਵਿੱਚ ਵੀ ਬਹੁਤ ਵੱਡੀਆਂ ਲੜਾਈਆਂ ਨੇ, ਜਿੱਥੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਕਰੀਬੀ ਰਿਸ਼ਤੇਦਾਰ ਆ ਵੱਡੇ ਬਾਦਲ ਸਾਹਿਬ ਦੇ, ਸੁਖਬੀਰ ਦੇ ਬਹਿਨੋਈ ਨੇ, ਤੇ ਦੂਜੇ ਬੰਨੇ ਉਹਨਾਂ ਦਾ ਆਪਣਾ ਜਿਹੜਾ ਵਿਕਰਮ ਸਿੰਘ ਮਜੀਠੀਆ ਨਾਲ ਕਰੀਬੀ ਰਿਸ਼ਤਾ ਹੈ। ਗੁਰਦਾਸਪੁਰ ਜ਼ਿਲ੍ਹਾ, ਤਰਨ ਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਵੀ 2-3 ਸੀਟਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਤੇ ਰੱਫੜ ਨੇ 1 ਤੋਂ ਵੱਧ ਕੈਂਡੀਡੇਟ ਨੇ। ਸੋ ਇਹ ਲੜਾਈ ਤਾਂ ਅੱਗੇ ਵੱਧਦੀ ਰਹਿਣੀ ਆ, ਲੇਕਿਨ ਜੇ ਇੱਥੋਂ ਹੁਣ ਇਹ ਗੱਠਜੋੜ ਲਈ ਖਤਰਾ ਵੀ ਕਿਸੇ ਵੇਲੇ ਪੈਦਾ ਹੋ ਸਕਦਾ, ਲੇਕਿਨ ਜੇ ਥੋੜਾ ਜਿਹਾ ਬੀਜੇਪੀ ਦੀ ਅੰਦਰਲੀ ਸਥਿਤੀ ਦੇਖਾਂਗੇ ਤੇ ਉਹਨਾਂ ਨੂੰ ਬਹੁਤ ਭਾਰੀ ਵਿਰੋਧ ਦਾ ਕਿਸਾਨਾਂ ਦਾ ਸਾਹਮਣਾ ਹੈ। ਉਹਨਾਂ ਦੇ ਪ੍ਰਦੇਸ਼ ਪ੍ਰਧਾਨ ਜਿੱਥੇ ਵੀ ਜਾਂਦੇ ਆ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਭਾਵੇਂ ਉਹ ਦਸਤਾਰ ਸਜਾ ਕੇ ਕੱਲ ਕੇਸਰੀ ਦਸਤਾਰ ਦੇ ਵਿੱਚ ਸੀਗੇ, ਲੇਕਿਨ ਮੁਸ਼ਕਲ ਆਈ ਉਹਨਾਂ ਨੂੰ। ਲੇਕਿਨ ਦੂਜਾ ਜਿਹੜਾ ਹਰਿਆਣੇ ਦੇ ਵਿੱਚ ਕਿਸਾਨਾਂ ਨਾਲ ਧੱਕਾ ਹੋਇਆ, ਉੱਥੇ ਲਾਠੀਚਾਰਜ ਹੋਇਆ, ਉਹਨੂੰ ਨੈਸ਼ਨਲ ਲੈਵਲ ਤੇ ਕੰਡੈਮ ਕੀਤਾ ਗਿਆ, ਬਹੁਤ ਸਾਰਾ ਵਿਰੋਧ ਇਹਦਾ ਹੋ ਰਿਹਾ, ਇਹਦੇ ਕਿਹੋ ਜਿਹੇ ਸਿੱਟੇ ਹੋਣਗੇ ਕਿ ਇਹਦੇ ਨਾਲ ਕਿਸਾਨ ਅੰਦੋਲਨ ਅੱਗੇ ਨਾਲੋਂ ਫਿਰ ਚੰਗਿਆੜੀ ਫੜੇਗਾ, ਅੱਗੇ ਨਾਲੋਂ ਵਧੇਗਾ? ਇਹ ਸਾਰੇ ਸਵਾਲਾਂ ਦੇ ਰੂਬਰੂ ਮੈਨੂੰ ਤਾਂ ਜਿਹੜੇ ਬਾਰਡਰਸ ਤੇ ਬੈਠੇ ਆ ਉਹਨਾਂ ਦੇ ਕਸ਼ਟ ਜਿਹੜੇ ਆ ਉਹ ਕਦੋਂ ਨਿਵਾਰਨ ਹੋਣਗੇ, ਉਹਨਾਂ ਦਾ ਫਿਕਰ ਰਹਿੰਦਾ। ਦੇਖੋ ਰੰਧਾਵਾ ਜੀ, ਬੜੀ ਤੁਸੀਂ ਸਹੀ ਗੱਲ ਕੀਤੀ ਆ, ਔਰ ਇਸ ਗੱਲ ਦਾ ਸਰੋਕਾਰ ਆ, ਕੰਸਰਨ ਆ ਪੂਰੀ ਦੁਨੀਆ ਦੇ ਲੋਕਾਂ ਨੂੰ ਆ, ਜਿੱਥੇ ਇਹ ਕਿਸਾਨੀ ਅੰਦੋਲਨ 9 ਮਹੀਨਿਆਂ ਤੋਂ ਬਾਅਦ ਵੀ ਬੜਾ ਮਜ਼ਬੂਤੀ ਨਾਲ ਖੜਾ, ਔਰ 5 ਸਤੰਬਰ ਨੂੰ ਇੱਕ ਬੜੀ ਵੱਡੀ ਮਹਾਂਪੰਚਾਇਤ ਕਰਨ ਜਾ ਰਿਹਾ ਸੀ ਮੁਜ਼ੱਫਰਨਗਰ ਦੇ ਵਿੱਚ, ਜਿਹੜਾ ਕਿਸਾਨਾਂ ਦੇ ਨਾਲ ਕਰਨਾਲ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਉੱਥੇ ਇੱਕ ਟੋਲ ਪਲਾਜ਼ਾ ਤੇ ਜਿਸ ਤਰ੍ਹਾਂ ਦਾ ਲਾਠੀਚਾਰਜ ਹੋਇਆ, ਬਹੁਤ ਸਾਰੇ ਕਿਸਾਨ ਜ਼ਖਮੀ ਹੋਏ, ਉਹਦੇ ਵਿੱਚ ਖੈਰ ਕੋਈ ਪੁਲਿਸ ਕਰਮੀ ਵੀ ਜ਼ਖਮੀ ਹੋਏ ਆ, ਲੇਕਿਨ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀਗੀ। ਹਮੇਸ਼ਾ ਤੋਂ ਜਿਹੜੇ ਕਿਸਾਨ ਆ ਉਹ ਵਿਰੋਧ ਪ੍ਰਦਰਸ਼ਨ ਕਰਦੇ ਆ, ਕਾਲੇ ਝੰਡੇ ਲਹਿਰਾਉਂਦੇ ਆ, ਕਈ ਚਿਰਾਂ ਤੋਂ ਇਹ ਗੱਲ ਲੱਗ ਰਹੀ ਸੀ ਕਿ ਕਿਤੇ ਨਾ ਕਿਤੇ ਬੀਜੇਪੀ ਵਾਲੇ ਚਾਹੁੰਦੇ ਨੇ ਕਿ ਇਸ ਕਿਸਾਨੀ ਅੰਦੋਲਨ ਉੱਤੇ ਹਿੰਸਾ ਦਾ ਧੱਬਾ ਲੱਗ ਜੇ, ਤੇ ਲਗਾਤਾਰ ਕਦੇ ਵੱਟੇ ਮਾਰੇ ਜਾਂਦੇ ਸੀ, ਕਦੇ ਉਹਨਾਂ ਨੂੰ ਵੱਖਰੇ ਵੱਖਰੇ ਨਾਂ ਦਿੱਤੇ ਜਾਂਦੇ ਸੀ, ਤੇ ਹਿੰਸਾ ਨਾਲ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਸੀ ਕੋਈ ਭੜਕਣ, ਕਿ ਜਿਹੜਾ ਹਜੇ ਤੱਕ ਸੁਪਰੀਮ ਕੋਰਟ ਦੇ ਵਿੱਚ ਵੀ 2 ਵਾਰੀ ਇਹ ਗੱਲ ਆਈ ਆ ਕਿ ਭਾਈ ਇਹ ਸ਼ਾਂਤਮਈ ਅੰਦੋਲਨ ਆ, ਇਹਨਾਂ ਦਾ ਪੂਰਾ ਹੱਕ ਆ ਅੰਦੋਲਨ ਕਰਨ ਦਾ, ਤੇ ਜੇ ਇਹਨਾਂ ਨੂੰ ਤੁਸੀਂ ਸੜਕਾਂ ਤੇ ਉਠਾਉਣਾ ਤੇ ਫਿਰ ਉਹ ਬਣਦੀ ਜਗ੍ਹਾ ਦਿਓ ਜਿੱਥੇ ਜਾ ਕੇ ਇਹਨਾਂ ਨੇ ਅੰਦੋਲਨ ਕਰਨਾ। ਇਹ ਸਰਕਾਰ ਨੇ ਇਸ ਤੇ ਕੋਈ ਗੱਲ ਨਹੀਂ ਕੋਈ ਵਾਚੀ, ਇਸ ਗੱਲ ਤੇ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਵਿਮਰਸ਼ ਨਹੀਂ ਕੀਤਾ। ਖੇਤੀਬਾੜੀ ਕਾਨੂੰਨਾਂ ਤੇ ਤਾਂ ਕਰਨਾ ਹੀ ਕੀ ਸੀ, ਉਹ ਤਾਂ 11 ਦੌਰ ਦੀ ਗੱਲਬਾਤ ਤੁਹਾਨੂੰ ਪਤਾ 22 ਜਨਵਰੀ ਦੀ ਟੁੱਟੀ ਹੋਈ ਆ, ਤੇ ਉਸ ਤੋਂ ਬਾਅਦ ਤਾਂ ਗੱਲਬਾਤ ਹੀ ਨਹੀਂ ਕੀਤੀ, ਸਿਰਫ ਬਿਆਨਬਾਜ਼ੀ ਆਉਂਦੀਆਂ। ਤੇ ਮੇਰਾ ਕਹਿਣ ਦਾ ਮਤਲਬ ਕਿ ਇਹ ਜਿਹੜੀ ਬੜੀ ਮੰਦਭਾਗੀ ਘਟਨਾ, ਕਿਸਾਨ ਜਿਹੜੇ ਆ ਉਹ ਲਗਾਤਾਰ ਆਪਣੀਆਂ 9 ਮਹੀਨਿਆਂ ਜਿਸ ਤਰ੍ਹਾਂ ਤੁਸੀਂ ਕਹਿਤਾ ਕਿ ਹੁਣ ਉਹਨਾਂ ਦੀਆਂ ਔਕੜਾਂ ਮੁਸ਼ਕਲਾਂ ਵਧਣ ਵਾਲੀਆਂ, ਔਰ ਦੂਸਰੀ ਗੱਲ ਆਪਾਂ ਨੂੰ ਇਹ ਵੀ ਧਿਆਨ ਚ ਰੱਖਣਾ ਚਾਹੀਦਾ ਕਿ ਇਹ ਜਿਹੜਾ ਅੰਦੋਲਨ ਆ ਉਹ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਲਈ ਗਲੇ ਦੀ ਹੱਡੀ ਬਣ ਗਿਆ, ਕਿਉਂਕਿ ਕਾਨੂੰਨ ਉਹ ਰੱਦ ਨਹੀਂ ਕਰਨਾ ਚਾਹੁੰਦੇ, ਤੇ ਨਾਲ ਦੀ ਨਾਲ ਉਹਨਾਂ ਨੂੰ ਪਤਾ ਕਿ ਇਹ ਅੰਦੋਲਨ ਉਹਨਾਂ ਦੀਆਂ ਜੜ੍ਹਾਂ ਤੇ, ਖਾਸ ਤੌਰ ਤੇ ਸਿਆਸੀ ਤੌਰ ਤੇ ਉਹਨਾਂ ਦੀ ਜੜ੍ਹਾਂ ਚ ਬੈਠ ਰਿਹਾ, ਵੈਸਟ ਬੰਗਾਲ ਚ ਦੇਖ ਰਿਹਾ, ਔਰ ਪੱਛਮੀ ਉੱਤਰ ਪ੍ਰਦੇਸ਼ ਜਿੱਥੇ ਇਹ ਮੁਜ਼ੱਫਰਨਗਰ ਦੇ ਵਿੱਚ ਬਹੁਤ ਭਾਰੀ ਮਹਾਂਪੰਚਾਇਤ ਕਰਨ ਜਾ ਰਹੇ ਆ, ਉੱਥੇ ਇਸ ਚੀਜ਼ ਦਾ ਬਹੁਤ ਵੱਡਾ ਅਸਰ ਹੋ ਸਕਦਾ, ਇਹ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਪਤਾ ਵੀ ਲੱਗੂਗਾ, ਔਰ ਉਸ ਤੋਂ ਬਾਅਦ 25 ਸਤੰਬਰ ਨੂੰ ਭਾਰਤ ਬੰਦ ਦਾ ਵੀ ਸੱਦਾ ਦਿੱਤਾ। ਕਿਸਾਨਾਂ ਦੇ ਹੌਸਲੇ ਖਾਸ ਤੌਰ ਤੇ ਜਦੋਂ ਤੋਂ ਪੰਜਾਬ ਨੇ ਗੰਨੇ ਦੇ ਭਾਅ ਵਧਾਏ ਆ 50 ਰੁਪਏ ਪ੍ਰਤੀ ਕੁਇੰਟਲ, ਉਸ ਤੋਂ ਬਾਅਦ ਬਹੁਤ ਵੱਧ ਗਏ ਆ, ਉਹਨਾਂ ਨੂੰ ਲੱਗਦਾ ਕਿ ਸਮਾਂ ਲੱਗ ਸਕਦਾ, ਉਹਨਾਂ ਨੂੰ ਇਹ ਵੀ ਪਤਾ ਕਿ ਮੋਦੀ ਸਰਕਾਰ ਵੀ ਕਿਤੇ ਨਾ ਕਿਤੇ ਹੱਥ ਧਰਮੀ ਆ, ਉਹ ਜੋ ਉਹ ਸੋਚਣਗੇ ਉਸੇ ਹਿਸਾਬ ਨਾਲ ਹੋਊਗਾ। ਹਾਲਾਂਕਿ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਬੜੀ ਵਾਰੀ ਇਹ ਗੱਲ ਕਹੀ ਆ ਕਿ ਇਹ ਤਾਂ ਅੰਦੋਲਨ ਬਹੁਤ ਪਵਿੱਤਰ ਆ, ਲੇਕਿਨ ਨਾਲ ਦੀ ਨਾਲ ਉਹਨਾਂ ਨੇ ਇਹਨਾਂ ਕਿਸਾਨਾਂ ਨੂੰ ਅੰਦੋਲਨ ਜੀਵੀ ਕਿਹਾ। ਅੰਦੋਲਨ ਜੀਵੀ ਮਤਲਬ ਕਿ ਜਿਹੜੇ ਸਿਰਫ ਅੰਦੋਲਨ ਤੇ ਹੀ ਪਲਦੇ ਹੋਣ, ਇਸ ਗੱਲ ਦਾ ਵੀ ਕਿਸਾਨਾਂ ਨੇ ਬਹੁਤ ਬੁਰਾ ਮਨਾਇਆ ਸੀ। ਸੋ ਹੁਣ ਜਿਹੜਾ ਇਸ ਟਾਈਮ ਮੌਕਾ ਉਹ ਲਗਾਤਾਰ ਭਾਰਤੀ ਜਨਤਾ ਪਾਰਟੀ ਦਾ ਇਹੀ ਆ
ਇਹਨਾਂ ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਅੰਦੋਲਨ ਤਰ੍ਹਾਂ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ, ਇਹਦੇ ਉੱਤੇ ਹਿੰਸਾ ਦੇ ਆਰੋਪ ਲਾਏ ਜਾਣ, ਇਸ ਤੇ ਠੱਪਾ ਲਾਇਆ ਜਾਵੇ, ਤਾਂ ਕਿ ਕੱਲ ਨੂੰ ਕੋਈ ਇਹ ਨਾ ਕਹਿ ਸਕੇ, ਕਿਉਂਕਿ ਦੁਨੀਆ ਭਰ ਦੇ ਵਿੱਚ ਜਿਹੜਾ ਮੈਸੇਜ ਗਿਆ, ਜਿਹੜਾ ਸੁਣਿਆ ਗਿਆ, ਜੋ ਉਹ ਇਹੀ ਗਿਆ ਕਿ ਇੰਨਾ ਵੱਡਾ ਅੰਦੋਲਨ ਹੋਵੇ ਔਰ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੋਵੇ। ਸਰਕਾਰ ਦੀਆਂ ਮੁਸ਼ਕਲਾਂ ਤਾਂ ਪਹਿਲਾਂ ਹੀ ਵਧੀਆਂ ਹੋਈਆਂ ਸੀ, ਆਉਣ ਵਾਲੇ ਦਿਨਾਂ ਦੇ ਵਿੱਚ ਸੰਨ 2022 ਦੀਆਂ ਚੋਣਾਂ ਹੋਣ ਤੇ ਜਾਂ ਫਿਰ 2024 ਦੀਆਂ ਚੋਣਾਂ ਹੋਣ, ਉਹਨਾਂ ਦੀਆਂ ਮੁਸ਼ਕਲਾਂ ਕਿਸਾਨੀ ਅੰਦੋਲਨ ਨਾਲ ਲਗਾਤਾਰ ਵੱਧ ਰਹੀਆਂ ਸੀ। ਪਰ ਇਸ ਤਰ੍ਹਾਂ ਦੇ ਟਕਰਾਅ ਨਾਲ ਜੇ ਸਰਕਾਰ ਇਹ ਸੋਚਦੀ ਆ ਕਿ ਇਹ ਅੰਦੋਲਨ ਟੁੱਟ ਜਾਊਗਾ, ਮੈਨੂੰ ਲੱਗਦਾ ਕਿਸਾਨਾਂ ਦੇ ਅੰਦਰ ਦੁਬਾਰਾ ਇੱਕ ਦ੍ਰਿੜ ਜਿਹੜਾ ਹੌਸਲਾ ਉਹ ਫੇਰ ਉਭਰੂਗਾ, ਉੱਠੂਗਾ, ਤੇ ਫੇਰ ਇਸ ਭਾਰਤੀ ਜਨਤਾ ਪਾਰਟੀ ਦੀਆਂ ਸਿਆਸੀ ਮੁਸ਼ਕਲਾਂ ਇੰਨੀ ਜਲਦੀ ਖਤਮ ਹੋਣ ਵਾਲੀਆਂ ਲੱਗਦੀਆਂ ਨੇ। ਸਾਰੇ ਦੋਸਤਾਂ ਮਿੱਤਰਾਂ ਤੋਂ ਮਾਫੀ, ਅੱਜ ਸਾਊਂਡ ਦੀ ਸਮੱਸਿਆ ਵੀ ਹੈ, ਲਾਈਟ ਦੀ ਸਮੱਸਿਆ ਵੀ ਹੈ ਤੇ ਹੁਣ ਬੈਟਰੀ ਵੀ ਮੁੱਕ ਗਈ। ਦੋ ਅਹਿਮ ਖਬਰਾਂ ਹੋਰ ਲੈਣੀਆਂ ਸੀ, ਜਿਹੜੀ ਇੱਕ ਮਦਨ ਲਾਲ ਜਲਾਲਪੁਰ ਨੂੰ ਕਿਸੇ ਪਿੰਡ ਚ ਘੇਰਿਆ ਗਿਆ ਸੀ ਔਰ ਇੱਕ ਖਬਰ ਹੋਰ ਸੀ, ਲੇਕਿਨ ਕਿਉਂਕਿ ਸਿਆਸਤਦਾਨਾਂ ਨੂੰ ਅਗਲੇ ਦਿਨਾਂ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ, ਲੋਕ ਉੱਠਣ ਲੱਗ ਗਏ। ਕਿਸਾਨ ਸੰਘਰਸ਼ ਨੇ ਜਾਗਰੂਕਤਾ ਲਿਆਂਦੀ ਆ, ਲੋਕਾਂ ਦੇ ਅੰਦਰ ਚੇਤਨਾ ਲਿਆਂਦੀ ਆ, ਸਵਾਲ ਪੁੱਛਣੇ ਸਿਖਾਤੇ ਆ, ਪਰ ਹੁਣ ਸਾਡਾ ਕੈਮਰਾ ਸਾਡਾ ਸਾਥ ਨਹੀਂ ਦੇ ਰਿਹਾ। ਤੇ ਮਨਪ੍ਰੀਤ ਜੀ ਮਾਫੀ ਤੁਹਾਡੇ ਤੋਂ ਵੀ, ਤੁਹਾਨੂੰ ਵੀ ਅੱਜ ਥੋੜਾ ਜਿਹਾ ਕਵੇਲੇ ਜੇ ਉਠਾ ਲਿਆ, ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।